ਅਸੀਂ ਅੱਜ ਸੁਬਹਾ ਤੋਂ ਹੀ ਪਿੰਡਾਂ ਵਿੱਚ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰ ਰਹੇ ਹਾਂ। ਪਿੰਡਾਂ ਦੇ ਲੋਕਾਂ 'ਚ ਬਹੁਤ ਉਤਸ਼ਾਹ ਹੈ। ਪਿੰਡਾਂ ਦੇ ਲੋਕ ਕਾਂਗਰਸ ਸਰਕਾਰ ਲਿਆਉਣ ਲਈ ਬਹੁਤ ਉਤਾਵਲੇ ਆ, ਕਿਉਂਕਿ ਇਹ 10 ਸਾਲ ਜੋ ਅਕਾਲੀ ਭਾਜਪਾ ਸਰਕਾਰ ਨੇ ਗੁੰਡਾਗਰਦੀ ਦਾ ਰਾਜ ਕੀਤਾ ਆ, ਉਹ ਤੋਂ ਲੋਕ ਤੰਗ ਆ ਚੁੱਕੇ ਆ। ਅਤੇ ਇੱਥੋਂ ਦੇ ਮੌਜੂਦਾ ਵਿਧਾਇਕ ਨੇ ਪਰਚਿਆਂ ਦੀ ਰਾਜਨੀਤੀ ਕੀਤੀ ਆ, ਲੋਕ ਆਪਸ 'ਚ ਲੜਾਇਆ, ਜਿਸ ਤੋਂ ਲੋਕ ਬਹੁਤ ਤੰਗ ਆ ਚੁੱਕੇ ਆ ਅਤੇ ਇਹਨਾਂ ਨੂੰ ਬਹੁਤ ਵੱਡੀ ਲੀਡ ਨਾਲ ਹਰਾਉਣ ਦੀ ਤਿਆਰੀ ਕਰੀ ਬੈਠੇ ਆ। ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਵੀ ਲੋਕ ਕੀ ਚੀਜ਼ ਹੁੰਦੇ ਆ। ਲੋਕ ਪਾਵਰ, ਲੋਕਾਂ ਦਾ ਪਿਆਰ ਹੀ ਲੋਕ ਸਾਨੂੰ ਵਿਧਾਨ ਸਭਾ ਜਿਤਾਉਂਦਾ ਆ, ਨਾ ਕਿ ਦਾਬੇ ਮਾਰ ਕੇ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਪਿੰਡਾਂ ਦੇ ਲੋਕ ਇਹਨਾਂ ਨੂੰ ਹਰਾਉਣ 'ਚ ਪੱਬਾ ਭਾਰ ਆ। ਸਾਡੇ ਨੇਤਾ ਸਰਦਾਰ ਬਰਿੰਦਰ ਮੀਤ ਸਿੰਘ ਜੀ ਪਾੜਾ, ਜੋ ਕਿ ਇੱਕ ਯੁਵਾ ਸੋਚ ਰੱਖਦੇ ਆ, ਯੁਵਾ ਨਾਲ ਲੈ ਕੇ ਚੱਲਦੇ ਆ, ਇਹ ਅਥਾਹ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਆ, ਦਿਨ ਰਾਤ ਮਿਹਨਤ ਕਰਦੇ ਆ, ਇਹ ਵਿਧਾਨ ਸਭਾ 'ਚ ਜਾ ਕੇ ਇਸ ਇਲਾਕੇ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਹੌਸਲਾ ਰੱਖਦੇ ਆ, ਅਤੇ ਸਾਨੂੰ ਮਾਣ ਆ ਕਿ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨੀ ਹੈ।